ਸਰਹੰਦ ਸ਼ਬਦ ਨਹੀਂ ਹੈ, ਸ਼ਬਦ ਆ ਸਰ ਹਿੰਦ। ਜੇ ਪੜ੍ਹੀਏ ਨਾ ਸ਼ਬਦ ਆ ਸਰ ਹਿੰਦ, ਉਸ ਜ਼ਮਾਨੇ ਵਿੱਚ ਸਰ ਹਿੰਦ ਦਾ ਮਤਲਬ ਹੈ ਕਿ ਹਿੰਦੁਸਤਾਨ ਦਾ ਸਿਰ। ਇਹ ਸਰਹੰਦ ਦੀ ਕਚਹਿਰੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਅਦਾਲਤ ਮੰਨੀ ਜਾਂਦੀ ਸੀ। ਕਹਿੰਦਾ ਸਰਹੰਦ ਦਾ ਨਾਂ ਸੁਣ ਸੁਣ ਕੇ ਨਾ ਵੱਡਿਆਂ ਵੱਡਿਆਂ ਨੂੰ ਗਸ਼ਾਂ ਪੈ ਜਾਂਦੀਆਂ ਸਨ ਕਿ ਸਰਹੰਦ ਪੇਸ਼ ਹੋਣਾ। ਮਾਫ ਕਰਨਾ ਜੀ, ਇੱਥੋਂ ਸਰਹੰਦ ਦਾ ਸੂਬਾ ਵਜੀਦਾ ਖਾਂ ਇਹਨੂੰ ਖਬਰ ਭੇਜਣੀ, ਜਾਨੀ ਖਾਂ ਮਾਨਕ ਮਾਨੀ ਖਾਂ ਥਾਣੇਦਾਰਾਂ ਨੇ ਗੁਰੂ ਕੇ ਸੰਗਤ ਸੂਬਾ ਸਰਹੰਦ ਨੇ ਇਹਨੂੰ ਚਾਹ ਚੜ ਜਾਣਾ ਕਿ ਗੁਰੂ ਗੋਬਿੰਦ ਸਿੰਘ ਦੀ ਬਿਰਧ ਮਾਤਾ ਤੇ ਛੋਟੇ ਸਾਹਿਬਜ਼ਾਦੇ ਅਰੈਸਟ ਕਰ ਲਿਆ। ਕਹਿੰਦੇ ਨੇ ਹੁਕਮ ਭੇਜਣਾ ਕਿ ਇਹਨਾਂ ਨੂੰ ਸਰਹੰਦ ਪੇਸ਼ ਕੀਤਾ ਜਾ ਕੱਲ ਨੂੰ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਮਰੰਡੇ ਤੋਂ ਸਰਹੰਦ ਵੱਲ ਨੂੰ ਲਿਆਂਦਾ ਜਾ ਰਿਹਾ। ਸਰਹੰਦ ਦੀਆਂ ਮਹਿਲ ਮਾੜੀਆਂ ਕੁਝ ਨਜ਼ਰ ਆਈਆਂ ਨੇ। ਬਚਪਨ ਦੇ ਸੁਭਾਅ ਦੇ ਮੁਤਾਬਕ ਸਾਹਿਬਜ਼ਾਦੇ ਕਹਿੰਦੇ ਮਾਤਾ ਇਹ ਤਾਂ ਲੱਗਦਾ ਸੀ ਆਨੰਦਪੁਰ ਆ ਗਏ। ਮਾਤਾ ਮਹਿਲ ਮੰਦਰ ਮਾੜੀਆਂ। ਮਾਤਾ ਨੇ ਆਖਿਆ ਬੱਚਾ ਬੱਚਿਓ ਆਨੰਦਪੁਰ ਆਨੰਦਪੁਰ ਦੀਆਂ ਗੱਲਾਂ ਆਨੰਦਪੁਰ ਰਹਿ ਗਈਆਂ ਨੇ। ਆਖਿਆ ਬੱਚਿਓ ਇੱਥੇ ਆਨੰਦਪੁਰ ਕਿੱਥੇ। ਆਖਿਆ ਮਾਂ ਦਾਦੀ ਮਾਂ ਕੀ ਆ। ਦਾਦੀ ਮਾਂ ਨੇ ਆਖਿਆ ਬੱਚਿਓ ਦਿੰਦੀਆਂ ਸੁਰੰਦ ਦੀਆਂ ਮਾੜੀਆਂ ਆਨੰਦਪੁਰ ਪੂਰ ਲੈ ਦਿੰਦੀਆਂ ਸੁਰੰਦ ਦੀਆਂ ਮਾੜੀਆਂ ਆਨੰਦਪੁਰ ਪੂਰ ਲੈ ਗਿਆ ਦਿੰਦੀਆਂ ਸੁਰੰਦ ਦੀਆਂ। ਤੁਸੀਂ ਜ਼ਿੰਦਗੀ ਦਾ ਇੱਕ ਬਹੁਤ ਵੱਡੇ ਇਮਤਿਹਾਨ ਦੇ ਵਿੱਚੋਂ ਦੀ ਲੰਘਣਾ ਬੇਟਾ। ਸਿੱਖੀ ਸਿਦਕ ਨਿਭਾਉਣ ਦੀ ਰੀਤ ਔਖੀ, ਸਿੱਖੀ ਸਿਦਕ ਨਿਭਾਉਣ ਦੀ
ਲੀਦੀ ਔਖੀ ਇਹ ਤਾਂ ਕੱਚੀ ਹੈ ਧਾਗੇ ਦੀ ਤੰਦ ਸੰਗਤ ਹੱਦ ਹੈ ਜੀ ਹੱਦ ਇੰਡੀਆ ਤੇ ਪਾਕਿਸਤਾਨ ਦੀ ਹੱਦ ਹੈ ਜੀ ਖਾਲਸਾ ਦੀ ਚਾਈਨਾ ਤੇ ਪਾਕਿਸਤਾਨ ਦੀ ਹੱਦ ਹੈ ਜੀ ਮਾਫ ਕਰਨਾ ਇੰਡੀਆ ਤੇ ਚਾਈਨਾ ਦੀ ਹੱਦ ਹੈ ਜੀ ਅਮਰੀਕਾ ਤੇ ਕੈਨੇਡਾ ਦੀ ਹੱਦ ਹੈ ਜੀ ਇਵੇਂ ਧਰਮਾਂ ਦੀ ਵੀ ਹੱਦ ਹੈ ਜੀ ਸਿੱਖੀ ਸਿਦਕ ਨਿਭਾਉਣ ਦੀ ਰੀਤ ਔਖੀ ਸਿੱਖੀ ਸਿਦਕ ਨਿਭਾਉਣ ਦੀ ਰੀਤ ਔਖੀ ਇਹ ਤਾਂ ਕੱਚੀ ਹੈ ਧਾਗੇ ਦੀ ਤੰਦ ਸੰਗਤ ਉਹ ਮੇਰਾ ਵੀਰੋ ਉਹ ਨੌਜਵਾਨੋ ਕੇਸ ਰੱਖੋ ਇੱਕ ਇੱਕ ਕੇਸ ਦੇ ਬਦਲੇ ਪਤਾ ਨਹੀਂ ਕਿੰਨੇ ਕਿੰਨੇ ਸਿੰਘਾਂ ਦੇ ਸਿਰ ਲੱਗੇ ਨੇ ਇਹ ਸਿੱਖੀ ਸਸਤੀ ਨਹੀਂ ਹੈ ਇਹ ਬੜੀ ਅਮੋਲਕ ਹੈ ਇਹ ਵੱਖਰੀ ਗੱਲ ਕਿ ਤੁਸੀਂ ਇਹਦੀ ਕਦਰੋਂ ਕੀਮਤ ਨੂੰ ਭੁੱਲਦੇ ਜਾ ਰਹੇ ਹੋ ਜਿਵੇਂ ਮੱਕੇ ਦੀ ਹੱਦ ਸੀ ਮੋਮਨਾ ਲਈ ਜਿਵੇਂ ਮੱਕੇ ਦੀ ਹੱਦ ਸੀ ਮੋਮਨਾ ਲਈ ਇਵੇਂ ਸਿੱਖੀ ਦੀ ਹੱਦ ਸਰ ਹੰਦ ਸੰਗਤ ਛੋਟੀਆਂ ਜਿੰਦਾ ਬਾਈ ਵੱਡੇ ਸਾਕੇ ਜੀ ਇੱਕ ਪਾਸੇ ਸਮੇਂ ਦੀ ਹਕੂਮਤ ਆ ਜੀ ਦੂਜੇ ਪਾਸੇ ਦਾ ਗੁਰੂ ਗੋਬਿੰਦ ਸਿੰਘ ਦਾ ਦੁੱਧ ਚੁੰਘਦੇ ਛੋਟੇ ਛੋਟੇ ਬੱਚੇ ਆ ਜੀ ਗੱਲ ਤਾਂ ਜੀ ਸੱਚ ਤਾਂ ਝੂਠ ਦਾ ਨਵੇੜਾ ਹੋਣਾ ਜੀ ਅੱਜ ਸੱਚ ਨੇ ਝੂਠ ਤੇ ਫਤਿਹ ਪਾ ਦੇਣੀ ਜੀ ਮਾਫ ਕਰਨਾ ਜੀ ਜਿਵੇਂ ਮੱਕੇ ਦੀ ਹੱਦ ਸੀ ਮੋਮਨਾ ਲਈ ਜਿਵੇਂ ਮੱਕੇ ਦੀ ਹੱਦ ਸੀ ਮੋਮਨਾ ਲਈ ਐਵੇਂ ਸਿੱਖੀ ਦੀ ਹੱਦ ਸਰ ਹੰਦ ਸੰਗਤ ਮਾਫ ਕਰਨਾ ਜੀ ਉਸ ਕੰਧ ਦੀ ਛਾਂ ਸੁਵਰਗ ਬਣ ਗਈ ਉਸ ਕੰਧ ਦੀ ਛਾਂ ਸੁਵਰਗ ਬਣ ਗਈ ਜਿੱਥੇ ਕਿਹੜੇ ਕਹਿ ਗੋਬਿੰਦ ਦੇ ਚੰਦ ਸੰਗਤ ਮਾਤਾ ਤੇਰੀਆਂ ਲਾਲਾਂ ਤੂੰ ਪੰਥ ਵਾਰਾਂ ਜਿੱਥੋਂ ਚੱਲਿਆ ਜਥਾ ਨਿਹੰਗ ਸੰਗਤ ਦਾਦੀ ਮਾਂ ਨੇ ਆਖਿਆ ਵੇ ਪੁੱਤਰ ਹੋ ਮੇਰੇ ਪੋਤੇ ਹੋ ਮੇਰੇ ਬੇਟੇ ਹੋ ਉਹ ਸਮਾਂ ਆ ਗਿਆ ਜਦੋਂ ਤੁਹਾਨੂੰ ਇੱਕ ਬਹੁਤ ਕਰੜਾ ਇਮਤਿਹਾਨ ਦੇ ਵਿੱਚ ਉਦੇ ਲੰਘਣਾ ਪੈਣਾ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਸਰਹੰਦ ਲਿਆਂਦੇ ਗਏ ਉਸ ਜ਼ਮਾਨੇ 'ਚ ਠੰਡੇ ਬੁਰਜ ਦੀ ਸਜ਼ਾ ਸਭ ਤੋਂ ਵੱਡੀ ਮੰਨੀ ਜਾਂਦੀ ਸੀ ਚਾਰ ਸ਼ਰੇ ਦਰਵਾਜ਼ਾ ਕੋਈ ਨਹੀਂ ਸੀ ਦਰਵਾਜ਼ਾ ਵੀ ਸਰੀਆਂ ਦਾ ਬਣਿਆ ਸੀ ਚਾਰ ਚਪੇਰੇ ਕੋਈ ਖਿੜਕੀਆਂ ਨੂੰ ਪੱਲੇ ਨਹੀਂ ਸੁਣ ਲੱਗੇ ਸਰਦੀ ਜਾਂ ਬੱਚਿਆਂ ਨੂੰ ਜ਼ਿਆਦਾ ਲੱਗਦੀ ਅਤੇ ਜਾਂ ਬੁਢਾਪੇ ਦੀ ਜ਼ਿਆਦਾ ਲੱਗਦੀ ਜੀ ਇਤਿਹਾਸ ਦੱਸਦਾ ਮਾਂ ਗੁਜਰੀ ਦੀ ਉਦੋਂ ਸਰੀਰਕ ਉਮਰ 82 ਵਰੇ ਦੀ ਸੀ ਖਾਲਸਾ ਜੀ ਅਤੇ ਛੋਟੇ ਬੱਚੇ 7 ਤੇ 9 ਸਾਲ ਦੇ ਬੱਚੇ
ਅੱਜ ਸਰਹੰਦ ਲਿਆਂਦੇ ਕਹਿੰਦੇ ਜੀ ਸੂਬੇ ਵਜੀਦ ਖਾਨ ਨੂੰ ਖਬਰਦਾ ਤੇ ਲਿਆਂਦੇ ਕਹਿੰਦੇ ਮਾਤਾ ਗੁਜਰੀ ਜੀ ਨੂੰ ਲਿਆਂਦਾ ਗਿਆ ਆਖਿਆ ਠੰਡੇ ਬੁਰਜ ਚ ਦੀ ਕੈਦ ਵਿੱਚ ਪਾ ਦਿੱਤਾ ਜਾਵੇ